चीज हर एक फैसिलिटीज का लंगर लाया हुआ है, जिवें आप सी वेख सकते हो कि घरेलू चीज़ा यूज कर रहे डे टू डे लाइफ दियाँ। इस दे विच ब्रश पेस्ट कोलगेट शैम्पू हर एक चीज़ जिहड़ी है इत्थे किसान भाईचारा बैठा होया है अपना दरियां बिछा के सड़क के उत्ते तां जो जो भी प्रदर्शनकारी इस प्रदर्शन का हिस्सा बन रहे हैं उन्होंने किसी भी समस्या का कोई भी सामना ना करना पवे। सो आओ असी गलबात करते हैं इन्हां दे नाल। हाँ जी सत श्री अकाल जी। की नाम है तुहाडा? मनजीत सिंह, पिंड मोही, जिला लुधियाना। जिला लुधियाना तो आए हो, कदों तो तुसी इत्थे आ रहे हो? असी दो चक्कर लगा गए, पहला जिहड़ा समान सीगा घरेलू जाण दी उह दे के गए, दोबारा फिर कल दे आए होए। कल दे आए हो? हाँ जी। सो ए तुसी कल तक दिंदे रहोगे इत्थे समान? जदों तक अंदोलन खत्म नहीं होऊगा जी। ਤੁਹਾਨੂੰ ਲੱਗਦਾ ਨਹੀਂ ਕਿ ਸਮਾਨ ਦੀ ਥੋੜ ਪੈ ਜਾਏਗੀ ਜੇ ਅੰਦੋਲਨ 7-6 ਮਹੀਨੇ ਲੰਬਾ ਚਲਾ ਗਿਆ? ਫਿਰ ਕੋਈ ਥੋੜ ਨਹੀਂ ਜੀ, 35 ਸਮਾਂ ਤੇ ਵੱਧਦਾ ਹੀ ਹੈ ਜੀ, ਵੱਧਦਾ ਜਾ ਰਿਹਾ। ਹਾਂਜੀ ਹਾਂਜੀ ਠੀਕ ਹੈ ਜੀ। ਸੋ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਜਿਵੇਂ ਸੋਧ ਕਰਨ ਲਈ ਤਿਆਰ ਹੈ ਤੇ ਫਿਰ ਵੀ ਇੱਕ ਕਿਸਾਨ ਦੀ ਤਾਂ ਉਹਨੇ ਜਿੱਦ ਲੱਗਦੀ ਹੈ ਜਾਂ ਇਹ ਇੱਕ ਅਸਲ ਦਾ ਇਹੀ ਮੁੱਦਾ ਹੈ ਕਿ ਜਿਹੜਾ ਬਿੱਲ ਰੱਦ ਕਰਵਾ ਕੇ ਹੀ ਜਾਣਾ ਹੈ? ਕਿਸਾਨਾਂ ਦੀ ਕੋਈ ਜਾਇਦ ਨਹੀਂ ਗੀ, ਜਿਹੜਾ ਮੋਦੀ ਕਿਸਾਨਾਂ ਨੂੰ ਸਮਝਾ ਰਿਹਾ ਵੀ ਅਗਲਾ ਕਹਿੰਦਾ ਵੀ ਕਾਨੂੰਨ ਆਹ ਚੀਜ਼ ਸੋਧ ਕਰੋ, ਸੋਧ ਤਾਂ ਕਿਸਾਨਾਂ ਨੂੰ ਪਹਿਲਾਂ ਹੀ ਪਤਾ ਵਾ। ਹੁਣ ਜਿਹੜਾ ਕਹਿੰਦੇ ਸੀਗੇ ਵੀ ਡੱਬਾ ਸਾਨੂੰ ਖਾਲੀ ਦੇ ਦਿਓ ਬਾਕੀ ਸਾਰੇ ਕਰ ਦਿੰਦੇ ਹਾਂ, ਉਹ ਡੱਬੇ ਦਾ ਤਾਂ ਰੌਲਾ ਵਾ ਵੀ ਜੇ ਡੱਬੇ ਵਿੱਚ ਬਰਫੀ ਹੋਈ ਸਾਰੀ ਖਿਲਰ ਗਈ ਫਿਰ ਡੱਬਾ ਰਹਿ ਕੀ ਗਿਆ? ਜੇ ਡੱਬਾ ਹੀ ਵਾਪਸ ਕਰਦੇ ਕਾਨੂੰਨ ਹੀ ਰੱਦ ਕਰਦੇ ਫਿਰ ਰੌਲਾ ਕਿਹੜੀ ਚੀਜ਼ ਦਾ? ਸੋ ਜਿਵੇਂ ਇੱਥੇ ਜਦੋਂ ਦਾ ਪ੍ਰਦਰਸ਼ਨ ਚੱਲ ਰਿਹਾ ਕਈ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਕੀ ਤੁਸੀਂ ਉਹਨਾਂ ਸ਼ਹਾਦਤਾਂ ਦੇ ਬਦਲੇ ਸਰਕਾਰ ਤੋਂ ਉਹਨਾਂ ਪਰਿਵਾਰਾਂ ਦੇ ਲਈ ਕੁਝ ਕਾਰਗੁਜ਼ਾਰੀ ਦੀ ਵੀ ਮੰਗ ਕਰਦੇ ਹੋ ਜਾਂ ਸਿਰਫ ਕਾਨੂੰਨ ਰੱਦ ਕਰਵਾਉਣ ਦੀ ਹੀ? ਕਾਰਗੁਜ਼ਾਰੀ ਤਾਂ ਜੀ ਇਹਨਾਂ ਨੇ ਮੋਦੀ ਸਰਕਾਰ ਨੇ ਕਰਨਾ, ਕੀ ਹੈ ਇਹ ਤਾਂ ਆਪਸ ਵਿੱਚ ਹੀ ਜਿਹੜਾ ਜ਼ਿਮੀਦਾਰ ਆ ਭਾਈਚਾਰਾ ਉਹ ਆਪਸ ਵਿੱਚ ਹੀ ਕਰਦਾ ਵਾ। ਸੋ ਉਹਨਾਂ ਕਿਸਾਨਾਂ ਦੇ ਲਈ ਤੁਸੀਂ ਸਰਕਾਰ ਤੋਂ ਕੋਈ ਮੰਗ ਨਹੀਂ ਕਰ ਰਹੇ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਾਂ ਕੋਈ ਮੁਆਵਜ਼ਾ ਦੇਵੇ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ? ਸਰਕਾਰੀ ਨੌਕਰੀ ਪਹਿਲਾਂ ਕਿੰਨੀਆਂ ਕੁ ਦਿੱਤੀਆਂ ਮੈਡਮ, ਤੁਸੀਂ ਤਾਂ ਆਪ ਹੀ ਜਾਣਦੇ ਹੋ। ਸਾਰਾ ਸਰਕਾਰੀ ਪੜ੍ਹੇ ਲਿਖੇ ਬੈਠਿਆ ਹੈਰਾਨੀ ਦੇ ਲੋਕ ਨੇ ਪੜ੍ਹੇ ਲਿਖੇ ਬੈਠਿਆ ਕਹਿੰਦੇ ਸਰਵਿਸ ਨਹੀਂ ਮਿਲਦੀ। ਹੁਣ ਇਹਦੇ ਨਾਲ ਅੰਦਾਜ਼ਾ ਤੁਹਾਨੂੰ ਵੀ ਪਤਾ ਵੀ ਜਾਣਦੀ ਸਾਰਾ ਕੁਝ ਪਤਾ ਵੀ ਕਿੰਨੀ ਪਰਸੈਂਟੇਜ ਵੀ ਨੌਕਰੀ ਦਿੰਦੇ ਅੱਜ ਕੱਲ੍ਹ। ਹੁਣ ਜਿਹੜਾ ਨੌਜਵਾਨ ਤਬਕਾ ਉਹ ਬਿਨਾਂ ਨੌਕਰੀ ਤੋਂ BA ਪੜ੍ਹਿਆ BA ਜਾਣ ਦੀ ਗ੍ਰੈਜੂਏਟ ਬੈਠੇ ਨੇ, ਉਹਨਾਂ ਨੌਕਰੀਆਂ ਨਹੀਂ ਦਿੰਦੇ, ਇਹ ਹੁਣ ਤਾਂ ਕਿੱਥੇ ਨੌਕਰੀਆਂ ਦੇ ਜਾਣਗੇ? ਕੀ ਤੁਸੀਂ ਇਸ ਮੁੱਦੇ ਨੂੰ ਲੈ ਕੇ ਮੰਗ ਵੀ ਨਹੀਂ ਕੀਤੀ ਕੋਈ ਸਰਕਾਰ ਅੱਗੇ? ਮੰਗ ਦਾ ਹੁਣ ਸਾਰੇ ਲਗਾਤਾਰ ਚੱਲੀ ਜਾਂਦਾ ਕੰਮ, ਮੰਗ ਤਾਂ ਹੁਣ ਉਹਨਾਂ ਨੂੰ ਪਤਾ ਹੀ ਆ। ਹੁਣ UP ਜਾ ਉੱਧਰ ਅੰਤਰਾਂਚਲ 'ਚ ਜਾ ਵੜਦਾ, ਇੱਥੇ ਦਿੱਲੀ ਬਾਰਡਰ ਵਾਲੇ ਕਿਸਾਨ ਸਾਰੇ ਦੀਂਦੇ ਨਹੀਂ ਗੇ। ਸੋ ਤੁਸੀਂ ਕੁੰਡਲੀ ਬਾਰਡਰ ਤੱਕ ਹੀ ਧਰਨਾ ਲਾਉਣਾ ਜਾਂ ਇਸ ਤੋਂ ਅੱਗੇ ਵੀ ਵਧਣਾ? ਇਹ ਤਾਂ ਜੀ ਹੁਣ ਜਿਹੜਾ ਕਿਸਾਨ ਯੂਨੀਅਨ ਦਾ ਜਿਵੇਂ ਫੈਸਲਾ ਲੈਣਗੇ ਉਹਦੇ ਮਗਰ ਆ ਜੀ, ਇਸ ਤਾਂ ਸੋ ਅੱਗੇ ਕੁਛ ਕਰਨ ਦਾ ਵੀ ਪੂਰਾ ਇਰਾਦਾ ਤੁਹਾਡਾ? ਜੇ ਹੁਣ ਇਹੋ ਜਿਹਾ ਕੰਮ ਹਲੇ ਤਾਂ ਸ਼ਾਂਤੀ ਨਾਲ ਹੀ ਕੰਮ ਚੱਲਦਾ ਜਾਣ ਦੀ, ਜੇ ਕਿਸਾਨ ਯੂਨੀਅਨ ਕੋ ਕੂਚ ਆ ਤਾਂ ਕੂਚ ਵੀ ਕਰਾਂਗੇ। ਮਤਲਬ ਬਿੱਲ ਰੱਦ ਕਰਵਾ ਕੇ ਹੀ ਤੁਸੀਂ ਜਾਓਗੇ? ਬਿਲਕੁਲ ਜੀ ਜੀ ਬਿਲਕੁਲ। ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਹੀ ਵੱਧਦਾ ਜਾ ਰਿਹਾ। ਸੋ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਸੌਦਾ ਇਹਨਾਂ ਨੂੰ ਮਨਜ਼ੂਰ ਨਹੀਂ ਹੈ, ਚਾਹੇ ਉਹ ਕਿਸਾਨਾਂ ਦੇ ਹਿੱਤ ਵਿੱਚ ਹਨ, ਪਰ ਇਹ ਬਿੱਲ ਰੱਦ ਕਰਵਾ ਕੇ ਹੀ ਜਾਣਗੇ।